ਨਾ ਭੈਣ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ। ਭੈਣ ਜੀ, ਤੁਹਾਨੂੰ ਲੱਗਦਾ ਸਾਡੇ ਵੈਸਟ ਡੈਲੀ ਦੇ ਬੱਚਿਆਂ ਨੂੰ ਇਹ ਨਾਈਟਾਂ ਨੂਟਾਂ ਬਾਰੇ 'ਚ ਕੁਝ ਪਤਾ ਵੀ ਹੈਗਾ ਸੀ? ਭੈਣ ਜੀ, ਇਹ ਬੱਚਿਆਂ ਨੂੰ ਸਿਰਫ ਨਰਾਤੇ ਪਤਾ ਸੀ ਅਤੇ ਇੱਕ ਜਨਮ ਅਸ਼ਟਮੀ ਪਤਾ ਸੀ। ਇਹ ਸਾਰਾ ਕਲੇਸ਼ ਤਾਂ ਭੈਣ ਜੀ ਇੰਸਟਾਗ੍ਰਾਮ 'ਤੇ ਸਾਊਥ ਡੈਲੀ ਦੇ ਬੱਚਿਆਂ ਨੇ ਪਾਇਆ, ਉਹਨਾਂ ਨੂੰ ਦੇਖਾ ਦੇਖੀ ਸਾਡੇ ਵੈਸਟ ਡੈਲੀ ਦੇ ਬੱਚੇ ਪਾਗਲ ਹੋ ਗਏ ਨੇ। ਭੈਣ ਜੀ, ਜਿਹਨੂੰ ਦੇਖੋ ਕਦੀ ਇਹ ਨਾਈਟ ਹੋ ਰਹੀ ਹੈ, ਕਦੀ ਇੰਡੀਪੈਂਡੈਂਸ ਡੇ ਨਾਈਟ ਹੈਗੀ ਹੈ, ਅੱਜ ਕ੍ਰਿਸਮਿਸ ਦੀ ਨਾਈਟ ਹੈਗੀ ਹੈ। ਭੈਣ ਜੀ, ਪਿਛੋਂ ਤਾਂ ਆਪ ਨਾਲ ਬਣਾਇਆ ਹੋਇਆ ਇਹ ਡੀਅਰ ਡੋਨਾ ਡਰਟੀ ਗੁੱਡ ਤੇ ਇਹ ਜਿਹੜੇ ਕੋਜ਼ੀ ਬਾਕਸ ਹੈਗੇ ਨੇ, ਇਹਨਾਂ ਦੇ ਕੀ ਜਾਂਦਾ? ਭੈਣ ਜੀ, ਦੋ ਲਾਈਟਾਂ ਚੇਂਜ ਕਰੀਆਂ ਨੇ, ਅੱਜ ਕ੍ਰਿਸਮਿਸ ਨਾਈਟ ਬਣਾ ਦਿਓ, ਦੋ ਲਾਈਟਾਂ ਚੇਂਜ ਕਰੋ, ਅੱਜ ਦੀਵਾਲੀ ਨਾਈਟ ਬਣਾ ਦਿਓ। ਭੈਣ ਜੀ, ਕਲੇਸ਼ ਤਾਂ ਸਾਡੇ ਘਰ 'ਚ ਪੈਂਦਾ। ਭੈਣ ਜੀ, ਤੁਸੀਂ ਆਪਣੇ ਬੱਚਿਆਂ ਨੂੰ ਕੀ ਕਹਿ ਰਹੇ ਹੋ? ਮੇਰੀ ਵਾਲੀ ਭੈਣ ਜੀ ਜਿਹੜੀ ਸ਼ਾਦਰਾ 'ਚ ਪੈਦਾ ਹੋਈ, ਜਨਮ ਅਸ਼ਟਮੀ ਦੇ ਹਿੰਡੋਲੇ ਦੇ ਸਿਵਾ ਉਹਨੂੰ ਕੁਝ ਪਤਾ ਨਹੀਂ ਹੈਗਾ ਸੀ। ਭੈਣ ਜੀ, ਉਹ ਪਰਸੋਂ ਆਪਣੇ ਮੂੰਹ 'ਤੇ ਪੇਠਾ ਬਣਾ ਕੇ ਟਿੰਮੀ ਨੂੰ ਲੈ ਕੇ ਹੈਲੋਵੀਨ ਨਾਈਟ ਬਣਾਉਣ ਗਈ ਸੀ। ਆਪਣੇ ਪਿਤਰਾਂ ਨੂੰ ਤਾਂ ਇਹ ਪਾਣੀ ਨਹੀਂ ਪਿਲਾ ਸਕਦੀ ਤੇ ਉਹ ਹੈਲੋਵੀਨ ਨਾਈਟ ਬਣਾਉਂਦੀ ਪਈ ਹੈ ਜਿਹੜੀ ਮੈਕਸੀਕੋ ਦਾ ਫੈਸਟੀਵਲ ਹੈਗਾ ਡੇ ਆਫ ਦ ਡੈਡ, ਉਹ ਉਹਨਾਂ ਦਾ ਸ਼ਰਾਧ ਹੀ ਸਮਝੋ, ਇਹ ਉਹ ਮਨਾਉਂਦੇ ਪਏ ਨੇ? ਇਹ ਸਾਰਾ ਸਾਊਥ ਡੈਲੀ ਤੇ ਇੰਸਟਾਗ੍ਰਾਮ ਕਰਕੇ ਹੀ ਤਾਂ ਹੁੰਦਾ ਪਿਆ। ਭੈਣ ਜੀ, ਕਲੱਬ ਵਾਲਿਆਂ ਨੂੰ ਤਾਂ ਇਹੋ ਜਿਹੇ ਬੇਵਕੂ ਬੱਚੇ ਚਾਹੀਦੇ ਨੇ, ਉਹਨਾਂ ਦਾ ਕੀ ਹੈਗਾ? ਉਹਨਾਂ ਨੂੰ ਤਾਂ ਕੋਈ ਆ ਜਾਏ, ਉਹਨਾਂ ਨੇ ਇੱਕ ਨਾਈਟ ਬਣਾ ਦੇਣੀ ਹੈ, ਸ਼ਰਾਬਾਂ ਪਿਲਾਣੀਆਂ ਨੇ। ਭੈਣ ਜੀ, ਜੇ ਇਹ ਕਲੱਬ ਵਾਲਿਆਂ ਦਾ ਬੱਸ ਚੱਲੇਗਾ ਨਾ, ਉਹ ਇੱਕ ਛੱਟ ਨਾਈਟ ਵੀ ਬਣਾ ਦੇਣਗੇ, ਤੇ ਇਹ ਸਾਊਥ ਡੈਲੀ ਦੀ ਕੁੜੀਆਂ ਨਾ ਭੈਣ ਜੀ ਧੋਤੀ ਸਾੜੀਆਂ ਪਾ ਕੇ ਨਾ ਆਪਣੇ ਸਿਰ 'ਤੇ ਸੰਧੂਰ ਲਾ ਕੇ ਦੋ ਕੇਲੇ ਟੰਗ ਕੇ ਉੱਥੇ ਵੀ ਚਲੀ ਜਾਣਗੇ ਕਿ ਅੱਜ ਛੱਟ ਨਾਈਟ ਹੈਗੀ ਹੈ। ਹੋਰ ਕੀ।